ਨਹੀਂ ਭੈਣੇ ਇਹ ਕਿਹੜਾ ਦਿੰਦੀ ਆ ਨੇਕੜੂ ਇਹ ਤਾਂ ਜਵਾਕਾਂ ਨੇ ਜਿੱਦ ਕਰਕੇ ਇਹਨੂੰ ਖੋਆ ਕੱਢ ਕੇ ਦੇ ਸਾਨੂੰ ਠੀਕ ਹੈ ਇਹ ਤਾਂ 3-4 ਕਿਲੋ ਅਸੀਂ ਨੇ ਡੇਰੀ ਤੋਂ ਮੰਗਾਇਆ ਭੈਣੇ ਦੁੱਧ ਤਾਂ ਜਵਾਕਾਂ ਨੂੰ ਮੈਂ ਖੋਆ ਕੱਢ ਕੇ ਦੇ ਰਹੀ ਹਾਂ ਇਹ ਤਾਂ 1 ਮਹੀਨਾ ਹੋ ਗਿਆ ਲੱਤਮ ਲੱਤੀ ਹੁੰਦੇ ਨੂੰ ਇਹਦੇ ਨਾਲ ਇਹ ਤਾਂ ਉਹਨਾਂ ਦਾ ਨਾ ਤੁਹਾਡੇ ਲਾਲਾ ਜੀ ਨਾਲ ਸਾਂਝਾ ਸੀ ਤਾਂ ਸਾਨੂੰ ਕੱਟਣਾ ਪੈ ਰਿਹਾ ਅੱਛਾ ਭੈਣੇ ਮੈਨੂੰ ਤਾਂ ਐ ਸੀਗਾ ਵੀ ਕਿਤੇ ਘਰ ਦੀ ਦੁੱਧ ਆਪਣਾਗਾ ਵੀ ਉਸੇ 'ਚ ਕੱਢਦੀਆਂ ਖੋਆ ਮਾਂ ਪਾਣੀ ਵਾਲਾ ਦੁੱਧ ਹੁੰਦਾ ਕਿਹੜਾ ਖੋਆ ਨਿਕਲੂਗਾ ਕਾਹਦਾ ਘਰ ਦਾ ਦੁੱਧ ਭੈਣੇ ਇੱਕ ਤਾਂ ਸਾਂਝੇ ਕਰਕੇ ਸਾਨੂੰ ਕੱਟਣਾ ਪੈ ਰਿਹਾਗਾ ਚੱਲ ਠੀਕ ਹੈ ਸੈੱਟ ਹੈ ਉਹ ਤਾਂ ਹੁਣ ਨੇੜੇ ਕਿਦੀ ਹੈ ਤੇਰੇ ਉਹ ਕੀ ਗੱਲ ਆ ਲੈ ਜੀ ਵਾਪਸੇ ਮੁੜ ਗਏ ਦੁੱਧ ਨਹੀਂ ਲੈਣਾ ਉਹਦੇ ਨਾਲੇ ਤੁਸੀਂ ਭਾਈ ਮੈਂ ਤਾਂ ਉਹਦੇ ਨਾਲ ਹੀ ਗੱਲ ਤੋਂ ਡਰਦਾ ਮਾਰਾ ਨਹੀਂ ਲੈਣਾ ਹੁੰਦਾ ਹੈਗਾ ਉਹ ਤੁਸੀਂ ਤਾਂ ਕੀ ਡਰ ਗਏ ਡਰਤਾ ਮੈਂ ਇਸ ਗਈ ਅੱਛਾ ਭਾਈ ਹੋਰ ਮਹੀਨਾ ਹੋ ਗਿਆ ਦੁੱਧ ਨਹੀਂ ਦਿੰਦੀ ਮੈਂ ਤੇਰੇ ਬਾਰ ਚ ਬੰਨ ਕੇ ਜਾਊਂਗਾ ਉਹਨੂੰ ਬਾਰ ਚ ਬੰਨ ਕੇ ਜਾਏਗਾ ਸਟਾਰਟ ਮੈਨੂੰ ਇਹ ਸਮਝ ਨਹੀਂ ਆਉਂਦੀ ਹੈਗੀ ਮੈਨੂੰ ਇਹ ਕਹਿੰਦੇ ਸੱਤ ਮਲਾਈਆਂ ਦੋ ਦੋ ਵਾਲੀ ਦਵਾਈ ਜਾਂਦੇ ਉਹਦੇ ਤੋਂ ਪੂਰਾ ਕਮਲੇ ਹੀ ਆਉਂਦੀ ਹੈਗੀ ਇਹ ਦੁੱਧ ਕਿਹਾ ਜਾਗਾ ਪਾਣੀ ਨਾਲ ਦੁੱਧ ਨਾ ਹੁੰਦਾ ਉਹ ਵੀ ਪਤਲਾ ਹੁਣ ਇੱਕ ਕਹਿੰਦੇ ਨੇ ਇਹ ਕਹਿੰਦੇ ਨੇ ਮੈਨੂੰ ਵੀ ਖਰਚਾ ਇੰਨਾ ਗਾ ਆਏ ਆਗਾ ਉਹ ਗਿੱਲ ਕੇ ਨੇ 10 ਮੈਸਾਂ ਨੇ ਉਹਨਾਂ ਦਾ ਟਾਈਮ ਪਾਸ ਕਿਵੇਂ ਹੁੰਦਾ ਹੋਊਗਾ 5-6 ਮੈਸਾਂ ਬੂਟੇ ਕੇ ਕਹਿੰਦੇ ਨੇ ਕਾਲੂ ਦੇਵੇ ਨੇ 4 ਮੈਸਾਂ ਫਿਰ ਉਹਨਾਂ ਦਾ ਟਾਈਮ ਪਾਸ ਕਿਵੇਂ ਹੁੰਦਾ ਹੋਊਗਾ ਸਾਡੇ ਤਾਂ 1 ਮੈਸ ਨੇ ਚੀਕਾਂ ਕਢਾ ਰੱਖੀਆਂ ਨੇ ਮਨਾ ਸੋਚਣ ਵਾਲੀ ਗੱਲ ਆ ਬਹੁਤ ਖਰਚਾ 1 ਮੈਸ ਦਾ ਤਾਂ ਚਲੋ ਕੀ ਸੋਚਦੀ ਆ ਦੇਵੀ ਮਾਤਾ ਦਾ ਲੈ ਕੇ ਸਮਝਾ ਦੁੱਧ ਰੱਖਿਆ ਤੇ ਥੱਲੇ ਲੱਗ ਗਿਆ ਆ ਜਾ ਭੈਣੇ ਆ ਜਾ ਉਹ ਖੋਆ ਕੱਢਣ ਵਾਸਤੇ ਰੱਖਿਆ ਤੇ ਜਵਾਕ ਜਿੱਦ ਕਰ ਰਹੇ ਸੀਗੇ ਤੈਨੂੰ ਖੋਆ ਕੱਢ ਕੇ ਦੇ ਹਾਏ ਰੱਬਾ ਥੱਲੇ ਲੱਗ ਗਿਆ ਖੇਤ ਆ ਗਏ ਮੈਂ ਸ਼ਾਮ ਨੂੰ ਘਰੇ ਜਾਣਾ ਸੀ ਘਰੇ ਆ ਕੇ ਗੱਲ ਕਰ ਲਾਂਦੇ ਜਿਹੜੀ ਗੱਲ ਕਰਨੀ ਸੀ ਲੈ ਪੰਮੀ ਭਾਈ ਤੇਰੀ ਵੀ ਮਜ਼ਾਕ ਕਰਨ ਦੀ ਆਦਤ ਗਈ ਨੀ ਹੈਗੀ ਆਪੇ ਬਿਪਤਾ ਛੇੜ ਕੇ ਪੁੱਛਦਾ ਕੀ ਬਿਪਤਾ ਪੈ ਗਈ ਚੱਕ ਲੇ ਚੱਲ ਦੇਖਦਾ ਆਪਾਂ ਅੰਦਰ ਜਾਂਦੀ ਨੀ ਹੈਗੀ ਕਰੋੜੀ ਮੱਲਾ ਬਾਹਰ ਹੀ ਦੇਖ ਲਾ ਬਾਰੀਆਂ ਬੋਲ ਮਾਰ ਲਾ ਸੁਭਾਅ ਵੀ ਬਹੁਤ ਚੰਦਰਾ ਉਹਦਾ ਪੰਮੀ ਪੰਮੀ ਮੈਂ ਲਾਲਾ ਜੀ ਕਰੋੜੀ ਮੱਲ ਕਰੋੜੀ ਮੱਲ ਲਾਲਾ ਜੀ ਮੈਂ ਪੰਮੀ ਹੈਗਾ ਜੀ ਘਰੇ ਹੋਰ ਭਾਈ ਰਾਜੀ ਖੁਸ਼ੀ ਸਾਰੇ ਠੀਕ ਹੈ ਭਾਈ ਲੈ ਚੱਲ ਇਹਦੇ ਖੇਤ ਗਿਆ ਹੋਇਆ ਹੁਣ ਇੰਨੀ ਗਰਮੀ ਧੁੱਪ ਚ ਖੇਤ ਵੀ ਜਾਣਾ ਚੱਲ ਲੈ ਮੈਂ ਇਸ ਨੇ ਦੁੱਧ ਸਵਾ ਦੇਣਾ ਨਰਦਈਆਂ ਵਾਂਗੂ ਤਾਂ ਉਦਣ ਡਾਂਗ ਮਾਰੀ ਸਟਾਰਟ ਜੀ ਲੈ ਪਤਾ ਨੂੰ ਸਿਕਰ ਦੁਪਹਿਰੇ ਕਿਹੜਾ ਆ ਬੈਠਿਆ ਬਹੁਤ ਪਿੱਛੇ ਰਹਿ ਗਿਆ ਹੁਣ ਤਾਂ ਕਿਹੜਾ ਹੋਊਗਾ ਹੋਵਾਂ ਕਰ ਐਂ ਕਰ ਕੱਪੜੇ ਕੁੱਪੜੇ ਝਾੜ ਲਾ ਲੋਕ ਕੀ ਕਹਿਣਗੇ ਇੱਕ ਗੱਲ ਤਾਂ ਹੈ ਮੈਂ ਤਾਂ ਨਹੀਂ ਹੁਣ ਮੁੜ ਕੇ ਇਹਦਾ ਬਾਹਰ ਦੇਖਦਾ ਹੈਗਾ ਜਾ ਕੇ 40,000 ਜਿਹੜਾ ਗਿਆ ਸੋ ਗਿਆ ਹੋਰ ਕਮਾ ਲਾਂਗੇ ਮਾਤਾ ਰਾਣੀ ਦੀ ਕਿਰਪਾ ਨਾਲ ਬਸ ਚੱਲ ਹੁਣ ਤਾਂ ਘਰ ਨੂੰ ਗੁਰੜੀ ਮੱਲ ਆਪਾਂ ਤਾਂ ਦੁੱਧੇ ਡੈਰੀ ਚੂਲੇ ਲੈ ਕਰਾਂਗੇ ਚੱਲ ਨੀ ਭੈਣੇ ਕਿਹੜਾ ਦਿੰਦੀ ਆ ਨੇਕੜੂ ਇਹ ਤਾਂ ਜਵਾਕਾਂ ਨੇ ਜਿੱਦ ਕਰਕੇ ਕਹਿੰਦੇ ਸਾਨੂੰ ਖੋਆ ਕੱਢ ਕੇ ਦੇ ਇਹ ਤਾਂ 3-4 ਕਿਲੋ ਡੇਰੀ ਤੋਂ ਮੰਗਾਇਆ ਦੁੱਧ ਨਾਲ 1 ਮਹੀਨਾ ਹੋ ਗਿਆ ਇਹ ਤਾਂ ਮੈਂ ਸਲੱਤਮ ਲੱਤੀ ਰਹਿੰਦੀ ਹੈ ਅੱਛਾ ਦੁੱਧ ਦਿੰਦੀ ਨਹੀਂ ਹੈਗੀ ਭੈਣੇ ਕਿਹੜਾ ਦੁੱਧ ਦਿੰਦੀ ਆ ਪਾਣੀ ਵਰਗਾ ਦੁੱਧ ਦਿੰਦੀ ਹੈਗੀ ਇਹ ਤਾਂ ਜਵਾਕਾਂ ਨੇ ਜਿੱਦ ਕਰਕੇ ਤਾਂ ਕਰਕੇ ਉਹਨਾਂ ਨੂੰ ਕੱਢ ਕੇ ਦੇਣ ਲੱਗ ਰਹੀ ਹਾਂ ਖੋਆ
लाला जी कहना ना गलत हो गई। देख ले दुनिया दे रंग हैं सारे बिगड़े पए ने ढंग कोई चंगा काम नहीं करता है ना बस पैसे पिछे फिरदा मरदा की बनू ए जे संसार दा मैं तां बथेरा प्यार बंटदा ओ मुड़िया बहुत उलझी पई है दुनिया दी ताणी आ करदा लिखिया दाणा पानी बाबा जी पैरी पैनिया मथा टेकदियां जोंदा रो बच्चा बाबा जी साडे घरे भोजन पानी सक के जाई ਤੁਹਾਡਾ ਘਰ ਵਾਲਾ ਕਿੱਥੇ ਜੀ ਉਹ ਤਾਂ ਬਾਬਾ ਜੀ ਉੱਜੜਿਆ ਹੋਇਆਗਾ ਧਰਨੇ ਤੇ ਭਾਈ ਬੱਚਾ ਪਹਿਲਾਂ ਤਾਂ ਆਪਣੀ ਬੋਲ ਬਾਣੀ ਸ਼ੁੱਧ ਕਰ ਦੁਬਾਰੇ ਬਣਨਾ ਹੋਗਾ।